मोस्टली तो मम्मी गाली कर दी फिल्म क्योंकि सारियां नहीं नहीं वो उदां कॉमेडी फिल्मां च चलो हसदी आ जिवें जिवें तुसीं कह लो ਉਹਦੇ 'ਚ ਆਦਮ ਮੈਕਸੀਕੋ ਚਲੀ ਗਈ ਮਰ ਜਾਂਦਾ ਐਂਡ 'ਚ ਕਿਸਮਤ 'ਚ ਹੋ ਜਾਂਦਾ ਇੱਦਾਂ ਸੁਪਨਾ 'ਚ ਵੀ ਮਾਤਾ ਰੋਈ ਗਈ ਕਿਸਮਤ ਅਤੇ ਫਿਰ ਉਸ ਤੋਂ ਬਾਅਦ 'ਚ ਇੱਕ ਦੋ ਫਿਲਮਾਂ ਹੋਰ ਅਤੇ ਜਿੰਨਾ ਹੀ ਧੱਕਾ ਜਿਹਾ ਹੁੰਦਾ ਈਵਨ ਬੰਬੂ ਕਾਰਡ 'ਚ ਵੀ ਜਦੋਂ ਜੇਲ੍ਹ 'ਚ ਲੈ ਜਾ ਕੇ ਮੰਮੀ ਰੋਣ ਲੱਗ ਪੈਂਦੀ ਮੈਂ ਤੁਹਾਨੂੰ ਫਨੀ ਗੱਲ ਦੱਸਦਾ ਇੱਕ ਵਾਰੀ ਬਿਨੂ ਭਾਜੀ ਸੀਗੇ ਨਾਲ ਹਨ ਨਾਲ ਦੇ ਪਿੰਡੋਂ ਨੇ ਉੱਥੇ ਨਾਲ ਹੀ ਧੂਰੀ ਸਾਡਾ 10-15 ਮਿੰਟ ਦਾ ਰਾਹ ਹੀ ਹੈ ਬਿਨੂ ਭਾਈ ਦੇ ਪਿੰਡ ਦਾ ਵੀ ਅਤੇ ਅਸੀਂ ਕਿਤੇ ਇਕੱਠੇ ਹੋਏ ਸ਼ਾਇਦ ਨਾਭੇ ਚੱਲਦਾ ਸੀ ਬਿਨੂ ਭਾਈ ਦੀ ਕਿਸੇ ਫਿਲਮ ਦਾ ਬਾਈਲਾਸ ਦਾ ਸ਼ੂਟ ਚੱਲੇ ਮੇਰਾ ਉਹ 'ਚ ਗਾਣਾ ਸੀ ਅਤੇ ਮੈਂ ਉੱਥੇ ਆਇਆ ਅਤੇ ਮੰਮੀ ਡੈਡੀ ਆ ਗਏ ਉੱਥੋਂ ਪਿੰਡੋਂ ਮੰਮੀ ਖਰੇ ਖੀਰ ਲੈ ਕੇ ਆਈ ਪਤਨੀ ਕੁਛ ਮੰਮੀ ਬਣਾ ਕੇ ਲੈ ਗਏ ਅਤੇ ਬਿਨੂ ਭਾਈ ਦੇ ਗੱਲ ਪੈ ਗਈ ਮੰਮੀ ਜਾਨ ਸਾਹਿਬ ਕੀ ਵੇ ਕਹਿੰਦੇ ਤੂੰ ਮੇਰੇ ਮੁੰਡੇ ਨਾਲ ਧੱਕਾ ਕੀਤਾ ਫਿਲਮ 'ਚ ਮੰਮੀ ਰੋਕ ਫਿਲਮ ਸੀ ਲੰਘ ਗਈ ਬਿਨੂ ਭਾਜੀ ਗੁਆਸ ਰਿਹਾ ਕਹਿੰਦਾ ਨਹੀਂ ਬੋਲਣ ਦੇ ਬੋਲਣ ਦੇ ਮੰਮੀ ਆ ਗੱਲ ਪੈ ਗਈ ਬਿਨੂ ਭਾਈ ਦੇ ਫਿਰ ਮੈਂ ਰੋਕਿਆ ਮੰਮੀ ਉਹ ਫਿਲਮ ਸੀ ਫਿਰ ਡੈਡੀ ਨੇ ਤਬਕਾ ਖੜ ਜੀ ਕਹਿੰਦਾ ਬੋਲਣ ਮੰਮੀ ਮੰਮੀ ਫਿਰ ਠੀਕ ਜੀ ਹੋਈ ਇੱਦਾਂ ਕਰਕੇ ਸੋ ਬਹੁਤ ਸ਼ੁਕਰ ਮੇਲਾ ਲੱਗਦਾ ਸੀਗਾ ਹੁਣ ਉਸ ਤੋਂ ਬਾਅਦ ਤਾਂ ਚਲੋ ਖੈਰ ਫੋਨ ਫੋਨ ਨੰਬਰ ਹੈਗੇ ਨੇ ਸਾਰੇ ਆਪਸ 'ਚ ਗੱਲ ਕਰਦੇ ਰਹਿੰਦੇ ਹੁੰਦੇ ਨੇ ਜਿਵੇਂ ਬਿਨੂ ਭਾਈ ਦਾ ਸ਼ੀਟਾਂ ਵਾਲੀ ਸ਼ੂਟ ਚੱਲਦਾ ਸੀ ਉੱਤੇ ਫਿਰ ਗਏ ਬਾਅਦ 'ਚ ਮੰਮੀ ਹੋਣੀ ਖੀਰ ਖੂਰ ਲੈ ਕੇ ਸੋ ਉਹਨਾਂ ਨਾਲ ਪਿਆਰ ਰਿਐਕਸ਼ਨਸ ਉਹ ਮੇਰੇ ਉਹ ਪਹਿਲੇ ਕ੍ਰਿਟਿਕਸ ਨੇ ਉਹ ਮਤਲਬ 12 ਵਜੇ ਤੈਨੂੰ 9 ਵਜੇ ਉਹਨਾਂ ਨੇ ਸ਼ੋਅ ਦੇਖਣਾ ਨਾ ਪੇ 9 ਵਜੇ ਪੂਰਾ ਸਾਡਾ ਪਿੰਡ ਜਾਂਦਾ ਹੁੰਦਾ ਸਾਡੇ ਰਿਸ਼ਤੇਦਾਰ ਸੌ 150 ਜਾਣਾ ਸਾਡੀ ਥੀਏਟਰ ਹੁੰਦਾ ਉੱਥੇ ਮਤਲਬ ਪਹਿਲਾ ਸ਼ੋਅ ਹੁੰਦਾ ਜਿਹੜਾ ਅਤੇ ਉਹ 9 ਵਜੇ ਸਿਨੇਮੇ ਚੱਲ ਜਾਣਾ ਉਹਨਾਂ ਨੇ 12 ਵਜੇ ਵਾਪਸ ਆ ਕੇ ਫੋਨ ਕਰ ਦੇਣਗੇ ਦੱਸ ਦੇਣਗੇ ਵੀ ਕਿਹੋ ਜਿਹੀ ਫਿਲਮ ਹੈ ਸੋ ਮੈਂ ਹੁਣ ਇਹੀ ਉਡੀਕ ਹੈ 28 ਤਰੀਕ ਨੂੰ ਸਵੇਰੇ ਜਾਣਗੇ 12 ਵਜੇ ਤੋਂ ਕਾਲ ਆਈ ਪਹੁੰਚ ਜਾਣਾ ਉਹਨਾਂ ਨੇ ਦੱਸ ਦੇਣਾ ਵੀ ਕਿੱਦਾਂ ਲੱਗਿਆ ਉਹਨਾਂ ਨੂੰ ਚੰਗਾ ਲੱਗਦਾ ਵੀ ਜਦੋਂ ਮੈਂ ਬਿਨੂ ਭਾਜੀ ਨਾਲ ਕਰਮਜੀਤ ਭਾਈ ਨਾਲ ਭੱਲਾ ਸਾਹਿਬ ਨਾਲ ਇਹਨਾਂ ਨਾਲ ਫਿਲਮਾਂ ਕਰਾਂਗਾ ਕਿਉਂਕਿ ਉਹਨਾਂ ਨੂੰ ਵੀ ਇੱਦਾਂ ਲੱਗਦਾ ਵੀ ਇੱਦਾਂ ਦੀ ਹਾਸੇ ਵਾਲੀਆਂ ਫਿਲਮਾਂ ਜ਼ਿਆਦਾ ਚੰਗੀਆਂ ਲੱਗਦੀਆਂ ਹਾਂਜੀ ਹਾਂ ਕੰਮ ਵੈਸੇ ਗਾਣ ਵਾਲਾ ਬਿਨੂ ਭਾਜੀ ਨਹੀਂ ਕਰਿਆ ਫਿਲਮ 'ਚ ਉਹ ਤੁਸੀਂ ਦੇਖੋ ਕੀ ਕਾਰਨਾਮਾ ਹੈ ਜਿਹੜਾ ਫਿਲਮ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਤੁਹਾਨੂੰ ਮਿਲਦਾ ਦਾ ਪਹਿਲਾ ਰਿਵਿਊ ਤੁਹਾਨੂੰ ਤੁਹਾਡੇ ਪਿੰਡ ਤੋਂ ਮਿਲਦਾ ਨੇ ਜੀ ਜੀ 9 ਵਜੇ ਦਾ ਸਭ ਤੋਂ ਪਹਿਲਾ ਸ਼ੋਅ ਤੁਹਾਡੇ ਪਿੰਡ ਦੇ ਦੇਖਣੀ ਵੀ ਕਮਾਨ ਵਾਲੀ ਗੱਲ ਹੈ ਕਿ ਤੁਸੀਂ ਪਿੰਡ ਨਾਲ ਹਲੇ ਵੀ ਜੁੜੇ ਹੋਏ ਹੋ ਹਾਂਜੀ ਹਾਂ ਦੁਪਹਿਰੇ 12 ਵਜੇ ਮਤਲਬ ਲਾ ਕੇ ਫੋਨ ਮੈਂ ਪਿੰਡ ਪੁੱਛ ਲੈਣਾ ਹੁੰਦਾ ਵੀ ਅੱਜ ਕਿੱਦਾਂ ਕੀ ਰਿਹਾ ਮਾਹੌਲ ਹੁਣ ਤਾਂ ਜਦੋਂ ਮੈਂ ਰਿਲੀਜ਼ ਨੇ ਇੰਗਲੈਂਡ ਹੋਣਾ ਤੇ ਉਦੋਂ ਪਿੰਡ 12 ਵਜੇ ਹੋਣਗੇ ਤੇ ਸਾਡੇ 8 ਵਜੇ ਮਤਲਬ ਉੱਥੇ 6 ਵਜੇ ਹੋਣਗੇ ਇੰਗਲੈਂਡ ਉਦੋਂ ਤੇ ਸਵਖਤੇ ਉੱਠ ਕੇ ਪੁੱਛ ਲਾਂਗੇ ਵੀ ਕਿੱਦਾਂ ਰਿਹਾ ਮਾਹੌਲ ਤੇ ਵੈਸੇ ਇਸ ਵਾਰ ਭਰੋਸਾ ਸਾਨੂੰ ਆਪ ਹੀ ਆ ਬਾਬਾ ਸੁੱਖ ਰੱਖੇ ਅਕਾਲ ਪੁਰਖ ਬਾਕੀ ਤਾਂ ਚਲੋ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੇ ਦੱਸਣਾ ਵੀ ਫਿਲਮ ਕਿੱਦਾਂ ਦੀ ਲੱਗੀ ਉਹਨਾਂ ਨੂੰ ਬਟ ਜਿਵੇਂ ਅਸੀਂ ਜਿਵੇਂ ਆਲਮੋਸਟ ਮੈਂ 20-25 ਫਿਲਮਾਂ ਕਰ ਲਈਆਂ ਅਸੀਂ ਮੈਂ ਡਿਸਕਸ਼ਨ ਕਰਦਾ ਸੀ ਬਿਨੂ ਭਾਈ ਨਾਲ ਵੀ ਆਪਾਂ ਕਦੇ ਇਹ ਚੀਜ਼ ਅਸੀਂ ਸਾਰਿਆਂ ਨੇ ਕਦੇ ਨਹੀਂ ਇਹ ਸੋਚੀ ਵੀ ਇਹਦਾ ਅਸੀਂ ਪਾਰਟ 2 ਬਣਾਉਣਾ ਫਿਲਮ ਦਾ ਕਦੇ ਹਰ ਬੰਦਾ ਸਕਸੈਸ ਤੋਂ ਬਾਅਦ ਦੇਖਦਾ ਹੈ ਵੀ ਜਦੋਂ ਫਿਲਮ ਚੱਲ ਗਈ ਤਾਂ ਬਣਾ ਲਾਂਗੇ ਪਰ ਅਸੀਂ ਇਹ ਸੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਪਿਛਲੇ 15-20 ਦਿਨਾਂ ਤੋਂ ਇਹ ਗੱਲ ਕਰ ਰਹੇ ਹਾਂ ਵੀ ਇਹਦਾ ਪਾਰਟ 2 ਅਸੀਂ ਕਦੋਂ ਸ਼ੁਰੂ ਕਰੀਏ ਸੋ ਤੁਸੀਂ ਇਹ ਹਿਸਾਬ ਲਾ ਲਓ ਵੀ ਕਿੰਨੇ ਕੰਫੀਡੈਂਟ ਹੋਵਾਂਗੇ ਪੰਜਾਬ ਦੀ ਜਿਹੜੀ ਆ ਵੀ ਆਪਾਂ ਬਾਹਰ ਨੂੰ ਭੱਜਦੇ ਹਾਂ ਸਾਰੀਆਂ ਚੀਜ਼ਾਂ ਆਪਾਂ ਐਫਰਟ ਨਹੀਂ ਮਾਰਦੇ ਇੱਕ ਅੱਧੀ ਵਾਰੀ ਆਪਾਂ ਐਫਰਟ ਮਾਰ ਕੇ ਵੇਖੀ ਮਾਈਟ ਵੀ ਆਪਾਂ ਸਕਸੈਸਫੁਲ ਹੋ ਸਕਦੇ ਹਾਂ ਰਾਈਟ ਹੁਣ ਆਪਣੇ ਪੰਜਾਬ 'ਚ ਮੁੰਡੇ ਜਿਵੇਂ ਤੜਕ ਸਿਆਲਾਂ ਦੀ ਗੱਲ ਕਰਦਾ ਗਰਮੀਆਂ ਹੁਣ ਜਿਹੜੀਆਂ ਸੀਜ਼ਨ ਦੀਆਂ ਸਬਜ਼ੀਆਂ ਹੁੰਦੀਆਂ ਨੇ ਜਿਵੇਂ ਕੱਦੂ ਕੁੱਦੂ ਲਾ ਲਓ ਚੀਜ਼ਾਂ ਜਿਹੜੀਆਂ ਮਿਲਦੀਆਂ ਉਹਨਾਂ ਨਾਲ ਆਲੂ ਬੀਨਸ ਜੇ ਉਹ ਹੁਣ ਸਾਡੀਆਂ ਮਾਤਾਵਾਂ ਨੇ ਉਹਨਾਂ ਨੂੰ ਆਦਤਾ ਹੁਣ ਸਾਡੇ ਮੈਂ ਪਿੰਡ ਆਪਦੇ ਪਿੰਡ ਦੇ ਬਜ਼ੁਰਗਾਂ ਦੀ ਗੱਲ ਕਰਾਂ ਉਹਨਾਂ ਨੇ ਆੜੀਆਂ ਸਾਉਣੀਆਂ ਵੇਲੇ ਮਤਲਬ ਹੁਣ ਵੀ ਉਸ ਤੋਂ ਬਾਅਦ ਦੇ 20-20 ਬਈਆਂ ਦੀਆਂ ਰੋਟੀਆਂ ਬਣਾਉਂਦੀਆਂ ਰਹੀਆਂ ਜਦ ਰਿਵਾਜ਼ ਆਇਆ ਮੁੜ ਕੇ ਫਿਰ ਬਈ ਆਪ ਲਾਉਣ ਲੱਗ ਗਏ ਅਤੇ ਜਿਹੜੇ ਖੇਤਾਂ 'ਚ ਕੰਮ ਕਰਦੇ ਸੀ ਜਦੋਂ ਜਾਂ ਲੇਬਰ ਆਉਂਦੀ ਹੁੰਦੀ ਸੀ ਉਹ ਤਾਂ ਪਿਆਂ ਜਾਣੇ ਦੀਆਂ ਰੋਟੀਆਂ ਨਾਲ ਖਾਂਦਾ ਵੀ ਇੱਕ ਬੰਦਾ ਅੱਡ ਸੀ ਉਹ ਜਦੋਂ 2-2, 250 300 ਰੋਟੀ ਲੋਹ ਤੇ ਧਰਕੇ ਲਾਉਣੀ ਹੈ ਅਤੇ ਉਹ ਹੁਣ ਕੀ ਕਰਦੀਆਂ ਨੇ ਪਿੰਡ ਮਾਤਾਵਾਂ ਜਾਂ ਪੂਰਾ ਟੱਬਰ ਸਵੇਰੇ ਸਵਖਤ ਉੱਠ ਕੇ ਸਾਗ ਬਣਾ ਦਿੰਦਾ ਸਿਆਲਾਂ ਦੇ ਵਿੱਚ ਸਾਗ ਬਣਾ ਦਿੰਦੇ ਆ ਉਹ ਵੱਡਾ ਡੋਂਗਾ ਜਾਂ ਵੱਡਾ ਦੇਗਾ ਉਹਦੇ 'ਚ ਸਾਗ ਬਣ ਜਾਂਦਾ ਅਤੇ ਨਾਲ ਦੁੱਧ ਦਹੀਂ ਲੱਸੀ ਕਰਦਾ ਹੁੰਦਾ ਅਤੇ ਨਾਲ 200-250 ਰੋਟੀ ਉਹ 300 ਰੋਟੀ ਮੱਕੀ ਦੀ ਲਿਆਉਂਦੇ ਆ ਅਤੇ ਆਪਦੀ ਗੱਡੀ 'ਚ ਰੱਖਦੇ ਆ ਅਤੇ ਸਾਰੇ ਜਣੇ ਵਾਰੋ ਵਾਰੀ ਮਤਲਬ ਜਿਹੜੇ ਆਫਿਸਿਸ ਵਾਲੇ ਨੇ ਉਹਨਾਂ ਨੂੰ ਉਦੋਂ ਬੈਸਟ ਕੀ ਮਿਲ ਸਕਦਾ ਘਰ ਦਾ ਫੂਡ ਉਦੋਂ ਬੈਸਟ ਤਾਂ ਕੁਛ ਵੀ ਨਹੀਂ ਹੋ ਸਕਦਾ ਉਹਨਾਂ ਨੂੰ ਘਰੋਂ ਵੀ ਲਿਆਉਣ ਦੀ ਲੋੜ ਨਹੀਂ ਦੁਕਾਨ 'ਤੇ ਖੜੇ 50 ਰੁਪਏ ਪਲੇਟ ਜਾਂ 100 ਰੁਪਏ ਪਲੇਟ ਵਿਚਾਰੇ ਚਾਰਜ ਕਰਦੇ ਹੋਣਗੇ ਅਤੇ ਸ਼ਾਮਾਂ ਨੂੰ ਵਧੀਆ ਕਮਾਈ ਕਰਕੇ ਕਰਕੇ ਘਰੇ ਜਾਂਦੇ ਸਾਫ਼ ਸੁਥਰੀ ਚੀਜ਼ ਆ ਉਹ ਰਾਈਟ ਅਤੇ ਉਹਦੇ 'ਚ ਕੋਈ ਸੰਗ ਸ਼ਰਮ ਮੈਨੂੰ ਲੱਗਦਾ ਨਹੀਂ ਹੋਣੀ ਚਾਹੀਦੀ ਆਪਾਂ ਨੂੰ ਕਿਸੇ ਨੂੰ ਵੀ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਵੈਸੇ ਵੀ ਕਿਸੇ ਰੈਸਟੋਰੈਂਟ 'ਚ ਆ ਕੇ ਖਾਵਾਂਗੇ ਮਾਈਟ ਵੀ ਉੱਥੇ ਦੀ ਕਿੱਦਾਂ ਦੀ ਮੇਕਿੰਗ ਹੈ ਕਿੱਦਾਂ ਦੀ ਨਹੀਂ ਜੇ ਉਹ ਘਰੋਂ ਆਇਆ ਹੋਇਆ ਇੱਕ ਭਰੋਸਾ ਤਾਂ ਹੈਗਾ ਨਾਲੇ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਜਦੋਂ ਕਿਹੜੀ ਚੀਜ਼ ਸਵਾਦ ਤੁਹਾਨੂੰ ਉਹ ਚੀਜ਼ ਲੱਗਣੀ ਜਿਹੜੀ ਪਿਆਰ ਨਾਲ ਬਣਦੀ ਹੈ ਪਿਆਰ ਤੋਂ ਬਿਨਾਂ ਚੀਜ਼ ਸਵਾਦ ਨਹੀਂ ਲੱਗ ਸਕਦੀ ਚਾਹੇ ਤੁਸੀਂ ਜਿਹੜੇ ਮਰਜ਼ੀ 5-star ਹੋਟਲ 'ਚ ਵਗ ਜਾਓ ਚਾਹੇ ਕਿਤੇ ਵਗ ਜਾਓ ਆਪਾਂ ਆਪਣੇ ਕਿਸੇ ਭਾਈਚਾਰੇ 'ਚ ਯਾਰ ਦੋਸਤ ਦੇ ਘਰੇ ਵਗ ਜਾਈਏ ਜਿਨ੍ਹਾਂ ਕੋਲ ਪੈਸੇ ਘੱਟ ਹੁੰਦੇ ਨੇ ਅਮੀਰ ਗਰੀਬ ਨਹੀਂ ਹੁੰਦਾ ਵੀ ਪੈਸੇ ਘੱਟ ਹੋਣਗੇ ਮਜਬੂਰੀ ਹੁੰਦੀ ਹੈ ਕਿਸੇ ਬੰਦੇ ਦੀ ਜੇ ਉੱਥੇ ਜਾ ਕੇ ਤੁਸੀਂ ਆਪਣੇ ਦੋਸਤ ਦੀ ਮਾਤਾ ਨੂੰ ਕਹਿਤਾ ਵੀ ਮਾਤਾ ਰੋਟੀ ਬਣਾ ਦੇ ਸੀ ਰੋਟੀ ਖਾਣੀ ਹੈ ਜੇ ਉਹਨਾਂ ਦੇ ਘਰੇ ਗੰਢੇ ਵੀ ਹੈ ਨਹੀਂ ਉਹਨਾਂ ਨੇ ਸੁੱਕੇ ਪਾਣੀ 'ਚ ਤੁਹਾਨੂੰ ਦਾਲ ਬਣਾ ਕੇ ਦੇ ਦਿੱਤੀ ਤੁਹਾਨੂੰ ਉਹ ਵੀ ਵਧੀਆ ਲੱਗੂਗੀ ਕਿਉਂਕਿ ਉਹਦੇ 'ਚ ਪਿਆਰ ਹੈ ਮਾਤਾ ਨੂੰ ਐਂ ਹੁੰਦਾ ਵੀ ਮੇਰੇ ਪੁੱਤਰ ਦੋਸਤ ਆ ਸੋ ਮਸਲਾ
ਸਾਰਾ ਰੋਟੀ ਦਾ ਗੱਲ ਆ ਗਈ ਜੀ ਐਮੀ ਬਈ ਇਸ ਟਾਈਮ ਹਨਾ ਸਿਨੇਮਾ ਨੂੰ ਜੇ ਦੇਖੀਏ ਤਾਂ ਬਹੁਤ ਚੰਗਾ ਦੌਰ ਆਪਣੇ ਸਿਨੇਮਾ ਦਾ ਚੱਲ ਰਿਹਾ ਚਾਹੇ ਬਾਲੀਵੁੱਡ ਹੋਵੇ ਚਾਹੇ ਆਪਣਾ ਹੋਵੇ ਹਨਾ ਲੋਕ ਦੁਬਾਰਾ ਸਿਨੇਮਾ 'ਚ ਜਾਣ ਲੱਗ ਗਏ ਨੇ ਉਹ ਚੀਜ਼ ਨੂੰ ਕਿਵੇਂ ਦੇਖ ਕਿਉਂਕਿ ਪੰਜਾਬੀ ਸਿਨੇਮਾ ਇਸ ਟਾਈਮ ਲਾ ਲਓ ਵੀ ਇਹ ਨਹੀਂ ਆ ਵੀ ਇੱਕ ਤਰ੍ਹਾਂ ਦੀ ਫਿਲਮ ਹਿੱਟ ਹੋਈ ਹੈ ਪਿਛਲਾ ਜੇ ਸਮਾਂ ਦੇਖੀਏ ਅਲੱਗ ਅਲੱਗ ਵਰਾਇਟੀ ਵੀ ਲੋਕਾਂ ਨੇ ਪਸੰਦ ਕੀਤੀ ਹੈ ਜੀ 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 ਬਸ ਉਸ ਵਰਾਇਟੀ 'ਚ ਹਿੱਸਾ ਪਾਉਣ ਆਇਆ ਸੀ ਕਿਉਂਕਿ ਕਾਫੀ ਟਾਈਮ ਤੋਂ ਕਾਮੇਡੀ ਨਹੀਂ ਆਈ ਅਤੇ ਫਿਰ 2-4 ਮਹੀਨੇ ਲੰਘ ਗਏ ਅਤੇ ਬਾਬਾ ਸੁੱਖ ਰੱਖੇ ਵਧੀਆ ਕਾਮੇਡੀ ਇੱਕ ਗੁੱਡ ਮੈਸੇਜ ਨਾਲ ਫਿਲਮ ਰਿਲੀਜ਼ ਹੋਊਗੀ ਜੀ ਅਤੇ ਬਾਕੀ ਸਿਨੇਮਾ ਗਰੋ ਕਰ ਰਿਹਾ ਕਹਿ ਰਹੀ ਜੱਟਾ ਮਾਲਕ ਜ਼ਮੀਨ ਕਿੱਡੀ ਵੱਡੀ ਫਿਲਮ ਗਈ ਮਸਤਾਨੇ ਕਿੱਡੀ ਵੱਡੀ ਫਿਲਮ ਗਈ ਜੇ ਤੁਸੀਂ ਸੀਰੀਅਸ ਫਿਲਮ ਦੀ ਗੱਲ ਕਰਦੇ ਹੋ ਤਾਂ ਕਲੀ ਜੁੱਟਾ ਕਿੱਡੀ ਵੱਡੀ ਫਿਲਮ ਸੀ ਅਤੇ ਉਸ ਤੋਂ ਬਾਅਦ ਹੋਰ ਵੀ ਫਿਲਮਾਂ ਜਿੰਨੀ ਭਾਵੇਂ ਐਵਰੇਜ ਰਹੀਆਂ ਨੇ ਅੱਜ ਮੈਕਸੀਕੋ ਚੱਲੀ ਉਹ ਵੀ ਸੀਰੀਅਸ ਸੀਗੀ ਇਮੋਸ਼ਨ ਸੀਗੀ ਉਹਦੇ 'ਚ ਅਤੇ ਉਹ ਵੀ ਇੱਕ ਐਵਰੇਜ ਫਿਲਮ ਸੀ ਵਧੀਆ ਸੋ ਲੋਕ ਪਿਆਰ ਕਰਦੇ ਆ ਚੰਗੇ ਕੰਟੈਂਟ ਨੂੰ ਰਾਈਟ ਕਾਮੇਡੀ ਵੀ ਦੇਖਦੇ ਆ ਕਾਮੇਡੀ ਥੋੜ੍ਹੀ ਬਹੁਤ ਆਦਤ ਚੱਲਦੀ ਆ ਆਪਣੇ ਅਤੇ ਬਹੁਤ ਆਦਤ ਚੱਲਣ ਕਰਕੇ ਬਹੁਤ ਆਦਤ ਦੇ ਵਿੱਚ ਮੈਜੋਰਿਟੀ ਦੇ ਵਿੱਚ ਕਾਮੇਡੀ ਫਿਲਮਾਂ ਬਣਦੀਆਂ ਰਾਈਟ ਅਤੇ ਜਦੋਂ ਇੱਦਾਂ ਦੀ ਸੀਰੀਅਸ ਫਿਲਮਾਂ ਨੂੰ ਵੀ ਭਰਮਾਂ ਗਵਾਰਾ ਮਿਲੂ ਉਹਦੇ ਨਾਲ ਦੀ ਨਾਲ ਇਹ ਵੀ ਨਾਲ ਨਾਲ ਗੁੱਡ ਮੈਸੇਜ ਨਾਲ ਬਣਦੀਆਂ ਰਹਿਣਗੀਆਂ